ਇਹ ਉਹਨਾਂ ਦੇ ਰਾਜਿਆਂ ਦੀਆਂ ਛੱਤਰੀਆਂ, ਠੀਕ ਹੈ ਜੀ, ਕਿ ਜਿੱਥੇ ਰਾਜਿਆਂ ਦੀਆਂ ਸਮਾਧਾਂ ਬਣਦੀਆਂ ਸੀ, ਇਹ ਉਹ ਜਗ੍ਹਾ, ਠੀਕ ਹੈ ਜੀ। ਸਾਰਾ ਏਰੀਆ ਜਿਹੜਾ ਸੀ, ਦੋ ਪੜਾਅ ਜਿਹੜੇ ਆ ਇਹ ਸਾਡੇ ਤਾਜ 'ਚ ਨਹੀਂ ਮਿਲਦੇ, ਨਾ ਰਾਵਸਰ ਮਿਲਦਾ, ਠੀਕ ਹੈ ਜੀ, ਨਾ ਜਸਾਣਾ ਮਿਲਦਾ, ਠੀਕ ਹੈ ਜੀ। ਆਵਾਂਗੇ ਅਤੇ ਚੱਲਦੇ ਹਾਂ ਉੱਪਰ ਦੇ। ਹਾਂ, ਯੂਨੀਵਰਸਿਟੀਆਂ ਨੇ ਕੀਤਾ, ਪ੍ਰੋਫੈਸਰਾਂ ਨੇ ਕੀਤਾ, ਸਾਰਾ ਏਸੀ ਕਮਰਿਆਂ ਦੇ ਵਿੱਚ ਬਹਿ ਕੇ ਗੁਰੂ ਸਾਹਿਬ ਦੀ ਮਾਰਗ ਦੀ ਖੋਜ ਹੋਈ ਹੈ। ਅਤੇ SGPC ਨੇ ਜਿੰਨੇ ਬੰਦੇ ਭੇਜੇ ਸੀ ਪਿੱਛੇ ਜੇ 2018 ਦੇ ਵਿੱਚ, ਕਰੋੜਾਂ ਰੁਪਇਆ ਖਰਚ ਕੀਤਾ ਜੀ, ਅਤੇ ਉਹ ਸਾਰਾ ਬਿੱਲਾਂ 'ਚ ਹੀ ਰਹਿ ਗਿਆ, ਅਤੇ ਜਿਹੜਾ ਸਥਾਨ ਗਰਾਊਂਡ ਦੇ ਉੱਤੇ ਕੰਮ ਨਹੀਂ ਹੋਇਆ, ਉਹ ਖੰਡਰ ਬਣਿਆ ਹੋਇਆ, ਉਸ ਦੇ ਕੋਲ ਹੀ ਫਿਰਦੇ ਹਾਂ ਜੀ। ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ ਸੀ, ਠਾਕਰ ਇੱਥੇ ਲੈ ਕੇ ਆਏ ਸੀਗੇ ਜੀ, ਇਸੇ ਮਾਧੋ ਸਿੰਘਾਣੇ ਤੋਂ। ਅਤੇ ਕੋਈ ਨਹੀਂ, ਜਦੋਂ ਅਸੀਂ ਕਿਸੇ ਨੂੰ ਕਿਹਾ ਵੀ ਬਾਬਾ ਤੁਸੀਂ ਗਲਤ ਇਤਿਹਾਸ ਸੁਣਾਈਏ ਨੇ, ਉਹ ਕਹਿੰਦੇ ਤੈਨੂੰ ਪਤਾ ਕਿੱਥੇ ਆਇਆ ਤੂੰ, ਮਗਰ ਦੇ ਵਿੱਚ ਆਇਆ, ਦੱਬ ਦਿਆਂਗੇ ਇੱਥੇ, ਠੀਕ ਹੈ ਜੀ, ਆਹ ਪੁੱਛ ਸਾਨੂੰ ਬੋਲੇ ਉੱਥੇ, ਠੀਕ ਹੈ ਜੀ, ਕੀ ਕਰੀਏ ਅਸੀਂ, ਸਹੀ ਹੈ ਸਹੀ, ਹਾਂ ਅਸੀਂ ਚੁੱਪ ਕਰ ਜਾਂਦੇ, ਲੇਕਿਨ ਅਸੀਂ ਕਹਾਂਗੇ ਲਿਖਾਂਗੇ ਜ਼ਰੂਰ ਅਸੀਂ, ਠੀਕ ਹੈ ਜੀ। ਹਾਂਜੀ, ਰਾਤ ਜਿਹੜਾ ਆਪਣੇ ਸਾਹਮਣੇ ਘਰ ਦਿਖ ਰਿਹਾ ਜੀ, ਆਪਾਂ ਉੱਥੇ ਰੁਕੇ ਸੀਗੇ ਜੀ, ਅਤੇ ਤਕਰੀਬਨ ਆਪਾਂ ਨੇ ਬਾਬਾ ਜੀ ਨਾਲ ਗੱਲਾਂ ਕਰਦੇ ਕਰਦੇ ਵੱਜ ਚੁੱਕੇ ਜੀ, 12 ਵੱਜ ਗਏ ਜੀ, ਅਤੇ ਹੁਣ ਇੱਥੋਂ ਚੱਲਣਾ ਆਪਾਂ ਜਸਾਣਾ, ਜਸਾਣੇ ਤੋਂ ਹੁੰਦੇ ਹੋਏ ਅੱਗੇ ਦੇਖਦੇ ਹਾਂ ਮਹਾਰਾਜ ਕਿੱਥੇ ਲੈ ਕੇ ਜਾਂਦੇ ਆ, ਅਤੇ ਜਾਣ ਦਾ ਸਿਸਟਮ ਜਿਹੜਾ ਆਪਣਾ ਸੁਹਾਵਾ ਸਾਹਿਬ ਹੈ, ਅਤੇ ਦੇਖਦੇ ਕਿੱਥੇ ਪਹੁੰਚਿਆ ਜਾਂਦਾ। ਰਸਤੇ ਦੇ ਵਿੱਚ ਪੁਰਾਣਾ ਇੱਕ ਕਿਲ੍ਹਾ ਹੈਗਾ ਜਸਾਣੇ ਦੇ ਵਿੱਚ, ਗੁਰੂ ਸਾਹਿਬ ਦਾ ਜਿਹੜਾ ਉਹਦਾ ਵੀ ਮਾਰਗ ਦਾ ਇੱਕ ਕੁਛ ਚਿੰਨ੍ਹ ਮਿਲਦੇ ਹਨ, ਅਤੇ ਉੱਥੇ ਚੱਲ ਕੇ ਦੇਖਦੇ ਹਾਂ ਕੀ ਮਹਾਰਾਜ ਦੀ ਕੌਤਕ ਵਰਤੇ ਹੈ, ਅਤੇ ਰਸਤੇ ਵਿੱਚ ਚੱਲਦੇ ਹਾਂ, ਕਰਦੇ ਹਾਂ ਗੱਲਾਂ ਬਾਤਾਂ ਜੀ। ਇਸ ਟਾਈਮ ਆਪਾਂ ਚੱਲ ਕੇ ਆ ਗਏ ਜੀ ਜਸਾਣਾ, ਮਾਧੋ ਵਾਲੀ ਢਾਣੀ ਤੋਂ ਚੱਲ ਕੇ ਆਪਾਂ ਜਸਾਣਾ ਆਏ ਹਾਂ ਜੀ। ਜਸਾਣਾ ਗੁਰੂ ਸਾਹਿਬ ਦੇ ਪੁਰਾਤਨ ਜਿਹੜੇ ਸਰੋਤ ਮਿਲਦੇ ਆ ਆਉਣ ਦੇ, ਅਤੇ ਉਹਨਾਂ ਬਾਰੇ ਆਪਾਂ ਦੇ ਨਾਲ ਗਿਆਨੀ ਜੀ ਹੈਗੇ ਜੀ, ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਅਤੇ ਦੱਸਣਗੇ ਆਪਾਂ ਨੂੰ ਵੀ ਕਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਦਾ ਇਹਨਾਂ ਦਾ ਆਉਣ ਦਾ ਇੱਥੇ ਬਣਦਾ ਸੰਯੋਗ। ਅਤੇ ਬਾਬੂ ਜੀ ਸਤਿ ਸ਼੍ਰੀ ਅਕਾਲ ਜੀ, ਖਾਲਸਾ ਫਤਿਹ ਜੀ, ਸਤਿ ਸ਼੍ਰੀ ਅਕਾਲ, ਠੀਕ ਹੈ ਜੀ। ਅਤੇ ਬਾਪੂ ਜੀ ਪਹਿਲਾਂ ਤਾਂ ਆਪਣਾ ਸ਼ੁਭ ਨਾਮ ਦੱਸ ਦਿਓ ਜੀ। ਦਾਸ ਦਾ ਨਾਮ ਹੈ ਅੰਗਰੇਜ਼ ਸਿੰਘ, ਕਿੱਤਾ ਹੈ ਐਡਵੋਕੇਸੀ, ਇਸ ਵੇਲੇ ਸਾਧੂ ਹੈ, ਠੀਕ ਹੈ ਜੀ, ਅਤੇ ਦਸ਼ਮੇਸ਼ ਮਾਰਗ 'ਤੇ ਖੋਜ ਯਾਤਰਾ ਕਰਦੇ ਹਾਂ, ਠੀਕ ਹੈ ਜੀ। ਔਰ ਅੱਜ ਸਾਡੇ ਕੋਲ ਜਗਤਾਰ ਸਿੰਘ ਜੀ, ਜਗਤਾਰ ਸਿੰਘ ਜੀ ਆਏ ਹੈ, ਅੱਜ ਅਸੀਂ ਜਸਾਣਾ ਹੀ ਆਏ ਹਾਂ। ਹੁਣ ਜਸਾਣਾ ਜਿਹੜਾ ਹੈਗਾ, ਜਸਾਣਾ ਇੱਕ ਇਤਿਹਾਸਿਕ ਸ਼ਹਿਰ ਹੈ, ਬੇਸ਼ੱਕ ਇਤਿਹਾਸ ਦੇ ਵਿੱਚ ਇਹਦਾ ਨਾਂ ਹੈ ਨਹੀਂ ਗਾ, ਠੀਕ ਹੈ, ਕਿਉਂ ਨਹੀਂ ਨਾਂ, ਕਿਉਂਕਿ ਜਦੋਂ ਸਰਸੇ ਤੋਂ ਦਸ਼ਮੇਸ਼ ਪਿਤਾ ਮਾਧੋ ਸਿੰਘਾਣੇ ਆਏ ਹੈ, ਹਾਂਜੀ, ਅਤੇ ਲੋਕ ਪਰੰਪਰਾਵਾਂ ਨੇ, ਕਥਾਵਾਂ ਨੇ, ਠੀਕ ਹੈ, ਬਈ ਉੱਥੇ ਮਾਧੋ ਸਿੰਘਾਣੇ ਵਾਲਿਆਂ ਨਾਲ ਉਹਨਾਂ ਦੀ ਲੜਾਈ ਹੋ ਗਈ, ਠੀਕ ਹੈ, ਦਸ਼ਮੇਸ਼ ਪਿਤਾ ਦੀ ਝੜਪ ਹੋ ਗਈ, ਠੀਕ ਹੈ, ਉਹਦਾ ਪਤਾ ਰਾਜਾ ਫਤਿਹ ਸਿੰਘ ਨੂੰ ਲੱਗਿਆ, ਜਿਹਦਾ ਕਿ ਇੱਥੋਂ ਦਾ ਰਾਜਾ ਸੀ ਜਸਾਣੇ ਦਾ, ਠੀਕ ਹੈ ਜੀ, ਔਰ ਉਹ ਜਾ ਕੇ ਗੁਰੂ ਸਾਹਿਬ ਨੂੰ ਇੱਥੇ ਲੈ ਆਇਆ, ਠੀਕ ਹੈ ਜੀ, ਗੁਰੂ ਸਾਹਿਬ ਨੂੰ ਇੱਥੇ ਲਿਆ, ਅਤੇ ਇੱਥੇ ਉਹਨਾਂ ਨੇ ਕਿਹਾ ਆਹ ਜਿਹੜੇ ਅਸੀਂ ਦੇਖ ਰਹੇ ਹਾਂ, ਹਾਂਜੀ, ਆਹ ਜਿਹੜੀਆਂ ਸਾਰੀਆਂ ਮੌਂਟੀਆਂ, ਇਹ ਉਹਨਾਂ ਦੇ ਰਾਜਿਆਂ ਦੀਆਂ ਛੱਤਰੀਆਂ, ਠੀਕ ਹੈ ਜੀ, ਕਿ ਜਿੱਥੇ ਰਾਜਿਆਂ ਦੀਆਂ ਸਮਾਧਾਂ ਬਣਦੀਆਂ ਸੀ, ਇਹ ਉਹ ਜਗ੍ਹਾ, ਠੀਕ ਹੈ ਜੀ, ਸਾਰਾ ਏਰੀਆ ਜਿਹੜਾ ਅਸੀਂ ਬੇਆਬਾਦ ਦੇਖਦੇ ਹਾਂ, ਬੇਆਬਾਦ ਦੂਰ ਤੱਕ ਜੀ, ਇਹ ਸਾਰਾ ਮਹਿਲਵਾਸ ਸੀ, ਮਹਿਲਵਾਸ ਸੀਗਾ ਜੀ, ਕਿਲ੍ਹਾ ਹੋਇਆ ਕਰਦੇ ਸੀ, ਰਾਜੇ ਦੇ ਮਹਿਲ ਹੁੰਦੇ ਸੀ, ਠੀਕ ਹੈ ਜੀ, ਰਾਜਾ ਇੱਥੇ ਰਹਿੰਦੇ ਹੁੰਦੇ ਸੀਗੇ, ਠੀਕ ਹੈ ਜੀ, ਔਰ ਇੱਥੇ ਹੀ ਦਸ਼ਮੇਸ਼ ਪਿਤਾ ਨੂੰ ਆ ਕੇ ਠਹਿਰਾਇਆ, ਠੀਕ ਹੈ ਜੀ। ਸਮੇਂ ਦੇ ਨਾਲ ਕੀ ਹੋਇਆ, ਦਸ਼ਮੇਸ਼ ਪਿਤਾ ਦੇ ਜਾਣ ਤੋਂ ਬਾਅਦ ਦਸ਼ਮੇਸ਼ ਪਿਤਾ ਨੂੰ ਫਿਰ ਰਾਵਸਰ ਵਾਲਿਆਂ ਨੇ ਬੁਲਾ ਲਿਆ, ਠੀਕ ਹੈ ਜੀ, ਸੁਨੇਹਾ ਭੇਜਿਆ ਵੀ ਸਾਨੂੰ ਦਰਸ਼ਨ ਦਿਓ, ਇੱਥੋਂ ਦਸ਼ਮੇਸ਼ ਪਿਤਾ ਅੱਗੇ ਪਿੰਡ ਭੁੱਕਰ ਕੇ ਪਹੁੰਚੇ, ਉਧਰੋਂ ਰਾਜਾ ਰਾਵਤ ਆ ਗਿਆ, ਰਾਵਸਰ, ਉਹ ਫਿਰ ਗੁਰੂ ਸਾਹਿਬ ਨੂੰ ਰਾਵਸਰ ਲੈ ਗਿਆ, ਔਰ ਉਹਨਾਂ ਦਾ ਇਤਿਹਾਸ ਬੋਲਦਾ ਵੀ ਰਾਵਸਰ ਗੁਰੂ ਸਾਹਿਬ ਆਏ ਹੈ, ਠੀਕ ਹੈ ਜੀ। ਉਹ ਉਸ ਤੋਂ ਬਾਅਦ ਫਿਰ ਰਾਵਸਰ ਤੋਂ ਬਾਅਦ ਫਿਰ ਇਹ ਗੁਰੂ ਸਾਹਿਬ ਚਲੇ ਗਏ ਨੌਰ ਨੂੰ, ਠੀਕ ਹੈ ਜੀ। ਤਾਂ ਇਹ ਦੋ ਪੜਾਅ ਜਿਹੜੇ ਆ ਇਹ ਸਾਡੇ ਤਾਜ 'ਚ ਨਹੀਂ ਮਿਲਦੇ, ਨਾ ਰਾਵਸਰ ਮਿਲਦਾ, ਠੀਕ ਹੈ ਜੀ, ਨਾ ਜਸਾਣਾ ਮਿਲਦਾ, ਠੀਕ ਹੈ ਜੀ। ਤਾਂ ਉਹ
ਇਹ ਕਿਹਾ ਜਾਂਦਾ ਵੀ ਰਾਵਤ ਸਰ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਉਧਰ ਇੱਕ ਦੇਈਦਾ ਉਪਰਾ ਹੈ, ਹਾਂਜੀ ਉਧਰ ਵੀ ਹੋ ਕੇ ਗੁਰੂ ਸਾਹਿਬ ਉੱਥੇ ਗਏ ਨੌਹਰ। ਠੀਕ ਹੈ ਜੀ। ਤਾਂ ਉਦੋਂ ਨੌਹਰ ਦੀ ਆਪ ਨੂੰ ਹਿਸਟਰੀ ਪਤਾ ਹੀ ਹੈ ਸਾਰੀ, ਦਰਸ਼ਨ ਦੇ ਸਾਰੇ ਕੀਤੇ ਹੀ ਹੈ। ਹਾਂਜੀ। ਸੋ ਇਹ ਗੁਰੂ ਸਾਹਿਬ ਦਾ ਪੁਰਾਣਾ ਰਸਤਾ ਹੈ। ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਜਦੋਂ ਠਾਕਰਾਂ ਨੇ ਜਦੋਂ ਇੱਥੇ ਹੜ ਆ ਗਿਆ ਸਾਰੇ ਮਹਿਲ ਡਿੱਗ ਪਏ, ਬਹੁਤ ਦੂਰ ਤੱਕ ਇਹ ਇਲਾਕਾ ਜਿਹੜਾ ਆ ਸਾਰਾ ਤੁਹਾਨੂੰ ਜਿਹੜਾ ਉਜਾੜ ਦੀਦਾ ਇਹ ਸਾਰਾ ਮਹਿਲਾਂ ਦਾ ਇਲਾਕਾ ਮਹਿਲਾ ਸੀਗਾ ਜੀ, ਮਤਲਬ ਪੁਰਾਤਨ ਹੜ ਆਏ ਸੀ ਉਹਨਾਂ 'ਚ ਹੜ ਗਿਆ ਸੀ, ਪੁਰਾਤਨ ਹੜ ਆਏ ਸੀ ਉਹਨਾਂ 'ਚ ਹੜ ਗਿਆ ਸੀ। ਠੀਕ ਹੈ ਜੀ। ਇਸ ਵੇਲੇ ਜਿਹੜੀ ਗੜੀ ਆਪਾਂ ਪਹਿਲਾਂ ਦੇਖ ਕੇ ਆਏ ਹਾਂ, ਹਾਂਜੀ ਉਹ ਇਸ ਵੇਲੇ ਉਹ ਪੁਰਾਣੇ ਇਸ ਵੇਲੇ ਦੇ ਠਾਕਰਾਂ ਦੇ 250 ਸਾਲ ਦੀ ਪੁਰਾਣੀ ਬਣੀ ਹੋਈ। ਠੀਕ ਹੈ ਜੀ। ਉਹ ਮਤਲਬ ਗੁਰੂ ਸਾਹਿਬ ਦੇ ਆਉਣ ਤੋਂ ਬਾਅਦ 'ਚ ਬਣੀ ਹੋਈ ਹੈ, ਉਹ ਗੁਰੂ ਸਾਹਿਬ ਤੋਂ ਆਉਣ ਤੋਂ ਬਾਅਦ 'ਚ ਬਣੀ, ਜਦੋਂ ਮਹਿਲ ਢਹਿ ਗਏ ਉਹਨਾਂ ਨੇ ਰਾਜੇ ਨੇ ਉੱਥੇ ਬਣਾ ਲਏ। ਠੀਕ ਹੈ। ਇਸ ਰਾਜੇ ਦੇ ਕੋਲੇ ਠਾਕਰ ਦੇ ਕੋਲੇ 27 ਪਿੰਡ ਸੀ, 27 ਪਿੰਡ ਸੀ, 27 ਪਿੰਡਾਂ ਦਾ ਮਾਲਕ ਸੀ ਇਹ। ਠੀਕ ਹੈ ਜੀ। ਜਿਹੜਾ ਕਿ ਰਾਵਸਰ ਦੇ ਅਧੀਨ ਤੇ ਰਾਵਸਰ ਬੀਕਾਨੇਰ ਦੇ ਅਧੀਨ ਸੀ। ਠੀਕ ਹੈ ਜੀ। ਤੋ ਇਹ ਸਾਰੇ ਜਿਹੜੇ ਹੁਣ ਇਸ ਵੇਲੇ ਪਾਰਟੀਸ਼ਨ ਤੋਂ ਬਾਅਦ, ਠੀਕ ਹੈ ਜੀ, ਹੁਣ ਇਹਨਾਂ ਦੇ ਕੋਲ ਦੱਸ ਦਿਆ ਕਿ ਇਸ ਪਿੰਡ ਦੇ ਵਿੱਚ 12-15 ਮੁਰੱਬੇ ਜ਼ਮੀਨ ਹੈ। ਠੀਕ ਹੈ ਜੀ। ਵੈਸੇ ਪਿੰਡ ਨਹੀਂ ਆ ਕੋਈ, 12-15 ਮੁਰੱਬੇ ਹੈ। ਠੀਕ ਹੈ। ਔਰ ਇਹ ਦੱਸਦੇ ਸੀਗੇ ਵੀ ਇੱਥੇ ਗੁਰੂ ਸਾਹਿਬ ਸਾਨੂੰ ਰਾਜੇ ਨੂੰ ਤਲਵਾਰ ਦੇ ਕੇ ਗਏ ਸੀ, ਸ੍ਰੀ ਸਾਹਿਬ ਇੱਕ ਪੋਥੀ ਦੇ ਕੇ ਗਏ ਸੀ। ਠੀਕ ਹੈ ਜੀ। ਤਲਵਾਰ ਮਿਲਦੀ ਨਹੀਂ ਕਹਿੰਦੇ ਚੋਰੀ ਹੋ ਗਈ। ਠੀਕ ਹੈ। ਪੋਥੀ ਉਹਨਾਂ ਦੇ ਕੋਲ ਹੈ ਉੱਥੇ ਜਿੱਥੇ ਜੈਪੁਰ ਇਹਨਾਂ ਦਾ ਕਿਸਾਨਾਂ ਨਿਵਾਸ ਹੈ ਜੈਪੁਰ ਦੇ ਵਿੱਚ। ਠੀਕ ਹੈ। ਉੱਥੇ ਵਾਰਸ ਰਹਿੰਦੇ ਆ, ਉਹਨਾਂ ਕੋਲ ਪੋਥੀ ਹੈ ਇਹਨਾਂ ਦੀ, ਸਤਿਗੁਰ ਕਿਰਪਾ ਕਰਨ ਦਾ ਦਰਸ਼ਨ ਕਰ ਲਿਓ। ਠੀਕ ਹੈ ਜੀ। ਮਹਾਰਾਜ ਦੀ ਬੇਨਤੀ ਨਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਉਹ ਸੰਗਤ ਜੀ, ਇਹ ਸੀ ਐਡਵੋਕੇਟ ਅੰਗਰੇਜ਼ ਸਿੰਘ ਜੀ, ਤੇ ਹੁਣ ਤੁਹਾਨੂੰ ਜਿਹੜੀਆਂ ਬਚੀਆਂ ਖੁੱਚੀਆਂ ਜਿਹੜੀਆਂ ਚੀਜ਼ਾਂ ਸਥਾਨ ਜਿਹੜੇ ਬਚੇ ਉਹਨਾਂ ਦੇ ਦਰਸ਼ਨ ਕਰਾਉਣੇ ਆ ਤੇ ਤੁਹਾਨੂੰ ਦਿਖਾਉਣੇ ਆ ਆਸੇ ਪਾਸੇ ਦਾ ਜਿਹੜਾ ਦ੍ਰਿਸ਼ ਹੈ। ਮਤਲਬ ਪੁਰਾਣਾ ਜਿਹੜਾ ਇਹ ਸਾਰਾ ਸੀਗਾ ਇਹ ਕਿਲੇ ਦੀ ਜਗ੍ਹਾ ਸੀਗੀ ਜੀ, ਤੇ ਇਹ ਢਹਿ ਢੇਰੀ ਹੋ ਚੁੱਕੇ ਜੀ ਬੜਾ। ਹੁਣ ਜਿਹੜੀਆਂ ਮਤਲਬ ਵੀ ਗੁਰੂ ਸਾਹਿਬ ਦਾ ਜਿਹੜੇ ਇੱਥੇ ਰੁਕੇ ਸੀਗੇ ਉਹ ਤਾਂ ਇਹ ਜਿਹੀ ਜਗ੍ਹਾ ਇੱਥੇ ਕਿਲਾ ਹੁੰਦਾ ਸੀਗਾ, ਪੁਰਾਤਨ ਜਿਵੇਂ ਹੜ ਆਉਂਦੇ ਸੀ ਉਹਦੇ ਵਿੱਚ ਇਹ ਸਾਰਾ ਹੜ ਗਿਆ ਸੀਗਾ ਜੀ। ਤੇ ਹੁਣ ਆਪਾਂ ਇਹਦੇ ਉੱਪਰ ਛਤਰੀ ਦੇ ਉੱਪਰ ਚੜ੍ਹ ਕੇ ਤੁਹਾਨੂੰ ਦਿਖਾਵਾਂਗੇ ਤੇ ਚੱਲਦੇ ਹਾਂ ਉੱਪਰ ਦੇ। ਹਾਂ ਹਾਂ, ਪੁਰਾਣੀ ਬੌਲੀ ਵੀ ਹੈ ਤੇ ਤੁਹਾਨੂੰ ਇਹਦੇ ਅੰਦਰੋਂ ਵੀ ਦਿਖਾਉਂਦੇ ਕੀ ਮਾਹੌਲ ਹੈ ਜੀ। ਇਹ ਤੁਸੀਂ ਦੇਖ ਸਕਦੇ ਹੋ ਛਤਰੀ, ਠੀਕ ਹੈ, ਖੂਹ ਦਿਖਾ ਰਹੇ ਜੀ। ਤੇ ਇਹ ਛਤਰੀ ਕੀ ਹੁੰਦੀ ਹੈ ਜੀ, ਜਿਹੜਾ ਮਤਲਬ ਰਾਜਾ ਜਾਂ ਉਹਦੀ ਮੌਤ ਹੋ ਜਾਂਦੀ ਜੀ, ਤੇ ਉਹ ਦੇ ਸਥਾਨ ਦੇ ਉੱਪਰ ਜਿੰਨਾ ਕੁ ਰਾਜੇ ਦੀ ਮਹਿਮਾ ਹੁੰਦੀ ਹੈ ਉਨੀ ਕੁ ਵੱਡੀ ਛਤਰੀ ਬਣਦੀ ਹੈ ਜੀ। ਤੇ ਇਹ ਅਸੀਂ ਤੁਸੀਂ ਦੇਖ ਸਕਦੇ ਹੋ ਇੱਥੇ ਸੰਸਕਾਰ ਵਗੈਰਾ ਹੋਇਆ ਹੁੰਦਾ ਜੀ, ਉਸੇ ਤਰੀਕੇ ਦੇ ਨਾਲ ਇਹਦੀ ਛਤਰੀ ਬਣੀ ਹੋਈ ਹੈ ਜੀ। ਤੇ ਹੁਣ ਆਪਾਂ ਉੱਪਰ ਚੱਲਦੇ ਹਾਂ ਜੀ। ਲਓ ਜੀ, ਆਪਾਂ ਛਤਰੀ ਦੇ ਉੱਤੇ ਚੜ੍ਹੇ ਜੀ ਹੁਣ, ਅਤੇ ਇਹ ਸਥਾਨ ਹੈ ਦੇਖ ਸਕਦੇ ਹੋ ਤੁਸੀਂ, ਇਹ ਸਾਰਾ ਜਿਹੜਾ ਮੰਦਰ ਵਗੈਰਾ ਬਣਿਆ ਹੋਇਆ ਜੀ, ਇਹ ਪੁਰਾਣੇ ਕਿਲੇ ਦੀ ਜਗ੍ਹਾ ਜੀ ਜਿੱਥੇ ਗੁਰੂ ਸਾਹਿਬ ਆਏ ਸੀਗੇ, ਦੇਖ ਸਕਦੇ ਹੋ ਤੁਸੀਂ ਸਾਰਾ ਕੁਛ। ਬਹੁਤ ਹੀ ਜਿਵੇਂ ਕਹਿ ਸਕਦੇ ਹਾਂ ਵੀ ਸੰਭਾਲਿਆ ਨਹੀਂ ਗਿਆ ਜਾਂ ਇਤਿਹਾਸ ਦੇ ਵਿੱਚੋਂ ਕਿਤੇ ਇਹ ਖੁੰਝ ਗਿਆ ਚੀਜ਼ਾਂ। ਦੇਖ ਸਕਦੇ ਹੋ ਸਾਰਾ ਮਾਹੌਲ, ਇਹ ਚੀਜ਼ਾਂ ਜੀ ਸੰਭਾਲੀਆਂ ਨਹੀਂ ਗਈਆਂ, ਕੁਛ ਇਹਦੇ ਉੱਤੇ ਕੰਮ ਨਹੀਂ ਹੋਇਆ। ਜਿਹੜਾ ਕੰਮ ਹੋਇਆ ਜੀ ਯੂਨੀਵਰਸਿਟੀਆਂ ਨੇ ਕੀਤਾ, ਪ੍ਰੋਫੈਸਰਾਂ ਨੇ ਕੀਤਾ, ਸਾਰਾ ਏਸੀ ਕਮਰਿਆਂ ਦੇ ਵਿੱਚ ਬਹਿ ਕੇ ਗੁਰੂ ਸਾਹਿਬ ਦੇ ਮਾਰਗ ਦੀ ਖੋਜ ਹੋਈ ਹੈ। ਅਤੇ SGPC ਨੇ ਜਿੰਨੇ ਬੰਦੇ ਭੇਜੇ ਸੀ ਪਿੱਛੇ ਜੇ 2018 ਦੇ ਵਿੱਚ ਕਰੋੜਾਂ ਰੁਪਇਆ ਖਰਚ ਕੀਤਾ ਜੀ, ਅਤੇ ਉਹ ਸਾਰਾ ਬਿੱਲਾਂ 'ਚ ਹੀ ਰਹਿ ਗਿਆ। ਅਤੇ ਜਿਹੜਾ ਸਥਾਨ ਗਰਾਊਂਡ ਦੇ ਉੱਤੇ ਕੰਮ ਨਹੀਂ ਹੋਇਆ ਉਹ, ਅਤੇ ਇਹ ਚੀਜ਼ਾਂ ਲੱਭਣ ਦੇ ਲਈ ਅਸੀਂ
ਦਾਸ ਕੋਸ਼ਿਸ਼ ਕਰ ਰਿਹਾ ਤੇ ਬਾਬਾ ਜੀ ਦਾ ਨਿਰਦੇਸ਼ ਹੈ, ਜਿਵੇਂ ਜਿਵੇਂ ਬਾਬਾ ਜੀ ਦੱਸ ਦਿੰਦੇ ਤਕਰੀਬਨ, ਤੇ ਇਹਨਾਂ ਦੀ ਬਹੁਤ ਹੀ ਦੇਣ ਹੈ ਜੀ। ਤੇ ਇਹ ਲੱਗੇ ਹੋਏ ਤਕਰੀਬਨ ਬਹੁਤ ਸਾਲ ਹੋ ਗਏ ਇਹਨਾਂ ਨੂੰ, ਤੇ ਬਿਹਾਰ ਦੇ ਵਿੱਚ ਜਿਹੜੇ ਸਥਾਨ ਹੈ ਤੇ ਉਹ ਇਹਨਾਂ ਨੇ ਬਹੁਤ ਖੋਜਣ ਦੀ ਕੋਸ਼ਿਸ਼ ਕੀਤੀ ਹੈ ਜੀ, ਤੇ ਬਹੁਤ ਵਧੀਆ ਕੋਸ਼ਿਸ਼ ਰਹੀ ਇਹਨਾਂ ਦੀ। ਤੇ ਦਾਸ ਟਾਈਮ ਆਪਾਂ ਉਸੇ ਠਾਕਰਾਂ ਦਾ ਜਿਹੜਾ ਕਿਲਾ ਸੀਗਾ ਉਸੇ ਦੇ ਕੋਲ ਇਰਦ ਗਿਰਦ ਜਿਹੜਾ ਸਥਾਨ ਜਿਹੜਾ ਆਪਾਂ ਖੰਡਰ ਬਣਿਆ ਹੋਇਆ ਉਸ ਦੇ ਕੋਲ ਹੀ ਫਿਰਦੇ ਹਾਂ ਜੀ। ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ ਸੀ, ਠਾਕਰ ਇੱਥੇ ਲੈ ਕੇ ਆਏ ਸੀਗੇ ਜੀ ਇਸ ਮਾਧੋ ਸਿੰਘਾਣੇ ਤੋਂ, ਅਤੇ ਉਹ ਜਿਹੜਾ ਕਿਲਾ ਤਕਰੀਬਨ ਤਹਿਸ ਨਹਿਸ ਹੋ ਚੁੱਕਿਆ, ਅਤੇ ਜਿਹੜਾ ਪੁਰਾਣਾ ਖੂਹ ਜਾਂ ਬੌਲੀ ਦਾ ਨਾਮ ਆਪਣੇ ਪੰਜਾਬ 'ਚ ਉਹਨੂੰ ਖੂਹ ਕਹਿ ਦਿੰਦੇ ਜੀ, ਅਤੇ ਇੱਥੇ ਬੌਲੀ ਕਿਹਾ ਜਾਂਦਾ ਜੀ। ਇਹ ਤੁਸੀਂ ਦੇਖ ਸਕਦੇ ਹੋ ਪੁਰਾਣੀ ਇਹ ਜਿਹੜੀਆਂ ਇੱਟਾਂ ਤੋਂ ਤੁਸੀਂ ਦੇਖ ਸਕਦੇ ਹੋ ਵੀ ਪੁਰਾਣਾ, ਜਿਹੜੀਆਂ ਛੋਟੀਆਂ ਇੱਟਾਂ ਦਾ ਤਾਂ ਤਕਰੀਬਨ ਕਹਿ ਸਕਦੇ ਹੋ 400-500 ਸਾਲ ਪੁਰਾਣੀ ਹੈ ਜੀ, ਜਿਹੜੇ ਗੁਰੂ ਦੇ ਸਮੇਂ ਦੀਆਂ ਚੀਜ਼ਾਂ ਇਹ ਹੈਗੀਆਂ ਜੀ। ਆਹ ਦੇਖ ਸਕਦੇ ਹੋ ਚਾਰ ਚੁਫੇਰੇ ਤੁਸੀਂ ਨਜ਼ਰ ਮਾਰ ਕੇ ਦੇਖੋ ਆਹ ਚੀਜ਼ ਕਿੰਨਾ ਵੱਡਾ ਇਹ ਕਿਲੇ ਦਾ ਏਰੀਆ ਸੀਗਾ ਜੀ। ਅਤੇ ਦੇਖੋ ਤੁਸੀਂ ਆਹ ਸਾਰਾ ਸਾਹਮਣੇ ਤੁਹਾਨੂੰ ਜਿਹੜੀ ਛਤਰੀ ਦਿਖਾਉਣੀ ਹੈ ਸਾਹਮਣੇ ਤੋਂ ਪਕੜ ਕੇ ਆਹ ਚੀਜ਼, ਆਹ ਚੀਜ਼ ਨੇੜੇ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਇੱਥੋਂ ਜਿਹੜੇ ਤੁਹਾਨੂੰ ਪਹਿਲਾਂ ਉਸ 'ਚ ਦਿਖਾਈ ਹੈ। ਇਹ ਸਾਰਾ ਜਿਹੜਾ ਮੰਦਰ ਵਗੈਰਾ ਇਹ ਸਾਰਾ ਇਹਦੇ ਵਿੱਚ ਆਉਂਦਾ ਜੀ, ਅਤੇ ਕੱਚੀ ਤਰੀਕੇ ਦੇ ਨਾਲ ਇਹ ਬਾਉਂਡਰੀ ਵਗੈਰਾ ਕੀਤੀ ਹੋਈ ਹੈ ਜੀ। ਅਤੇ ਇਹ ਖੋਜਾਂ ਸਰਕਾਰੀ ਨਹੀਂ ਹੋਈਆਂ ਜੀ, ਯੂਨੀਵਰਸਿਟੀਆਂ ਦੇ ਪੈਸੇ ਖਾ ਕੇ ਪ੍ਰੋਫੈਸਰ ਟੱਪ ਗਏ, SGPC ਦੇ ਜਿਹੜੇ ਮੈਂਬਰ ਸੀ ਬਿੱਲ ਬਣਾ ਕੇ ਟੱਪ ਗਏ, ਪਰ ਉਹਨਾਂ ਨੇ ਇਸ ਵੱਲ ਨਹੀਂ ਦੇਖਿਆ। ਅਤੇ ਇਹ ਮਿਹਨਤ ਬਜ਼ੁਰਗ ਜਿਹੜੇ ਨਾਲ ਕਰ ਰਹੇ, ਗਰਾਊਂਡ ਦੀ ਰਿਪੋਰਟ ਆ ਜਿਹੜੇ ਸਾਡੇ ਬਾਪੂ ਜੀ ਹੈ ਨਾ ਇਹਨਾਂ ਦੀ ਹੈ, ਇਹਨਾਂ ਨੇ ਸਾਲਾਂ ਵੱਧੀ ਕੰਮ ਕੀਤਾ ਹੈ। ਅਤੇ ਇਹਨਾਂ ਨੂੰ ਸਦਕੇ ਸਲਾਮ ਆ ਜੀ, ਜਿਹੜੇ ਗੁਰਸਿੱਖੇ ਗੁਰੂ ਦੇ ਹੁਕਮ ਦੇ ਵਿੱਚ ਜਿਹੜਾ ਮਹਾਰਾਜ ਦੀ ਡਿਊਟੀ ਲੱਗੀ ਉਹ ਨਿਭਾ ਰਹੇ ਹੈ। ਕਿਉਂ ਬਾਪੂ ਸਹੀ ਗੱਲ ਹੈ ਜੀ, ਇਹ ਜੋ ਮਾਲਕ ਦਾ ਹੁਕਮ ਹੈ ਤਾਂ ਹੁਕਮੇ ਅੰਦਰ ਸਭ ਕੋਈ ਬਾਹਰ ਹੁਕਮ ਨਾ ਕੋਈ, ਠੀਕ ਹੈ ਜੀ। ਸਾਡੇ ਤਾਂ ਇੱਕੋ ਹੀ ਪੰਕਤੀ ਸਾਡੇ ਪੱਲੇ ਬੰਨੀ ਵੀ ਹੈ, ਠੀਕ ਹੈ, ਸਭ ਕੋ ਜੋ ਹੋ ਰਿਹਾ ਹੁਕਮ ਹੋ ਰਿਹਾ ਕਰਵਾ ਰਿਹਾ ਹੁਕਮ ਨਾ ਹੋਵੇ, ਠੀਕ ਹੈ ਜੀ। ਅਤੇ ਬਾਪੂ ਜੀ ਕਿੰਨਾ ਕੁ ਸਮਾਂ ਤੁਸੀਂ ਇੱਥੇ ਰਾਜਸਥਾਨ ਦੇ ਵਿੱਚ ਘੁੰਮਦੇ ਰਹਿੰਦੇ ਹੋ, ਜੇ ਮਤਲਬ ਕਿੰਨੇ ਸਾਲ ਹੋ ਗਏ ਜਿਹੜਾ ਤੁਸੀਂ ਲਗਾਤਾਰ? ਵੈਸੇ ਅਸੀਂ ਹੁਣ ਜੇ ਆਪਾਂ ਲਾ ਲਈਏ ਤਾਂ 220 ਤੋਂ ਲੈ ਕੇ ਤਾਂ ਸਾਡੀ ਲਗਾਤਾਰ ਤਾਂ ਬਣੀ ਹੋਈ ਹੈ, ਲਗਾਤਾਰ ਮਤਲਬ 14 ਸਾਲ ਮਤਲਬ ਆ ਗਏ ਉੱਠ ਗਏ ਆ ਗਏ ਜਿੱਥੋਂ ਤੱਕ ਜਾਇਆ ਗਿਆ ਜਾਏਗੇ, ਠੀਕ ਹੈ ਜੀ। ਜਿੰਨੇ ਕੁ ਪੈਸੇ ਸੰਗਤ ਨੇ ਦਿੱਤੇ, ਠੀਕ ਹੈ ਜੀ, ਉਹਨੇ ਕੁ ਅਸੀਂ ਲਾ ਤੇ, ਠੀਕ ਹੈ ਜੀ, ਜਿੱਥੋਂ ਪੈਸੇ ਮੁੱਕ ਕੇ ਕਰਨ ਮੁੜ ਗਏ, ਠੀਕ ਹੈ। ਮਤਲਬ ਬਿਹਾਰ ਦੇ ਵਿੱਚ ਵੀ ਮੈਂ ਜਿੱਥੋਂ ਤੱਕ ਗਏ ਤਾਂ ਤੁਸੀਂ ਮਤਲਬ ਮੰਨ ਲਓ ਵੀ ਬਿਹਾਰ ਦੇ ਵਿੱਚ ਤੁਸੀਂ ਲਗਾਤਾਰ ਵੀ ਜਾਂ ਰਾਜਸਥਾਨ ਜਾਂ ਜਿੱਥੇ ਗੁਰੂ ਦਾ ਮਾਰ ਗਿਆ ਤਕਰੀਬਨ 14 ਸਾਲ ਤੋਂ ਤੁਸੀਂ ਸਮਰਪਿਤ ਤੌਰ ਤੇ ਲੱਗੇ? ਹਾਂ ਕਹਿ ਸਕਦੇ ਹਾਂ ਅਸੀਂ 14 ਸਾਲ ਤੋਂ ਲੱਗੇ, ਕਿਉਂਕਿ ਅੱਜ ਤੁਸੀਂ ਦੇਖੋ ਇੱਕ ਮਾਮੂਲੀ ਜੀ ਗੱਲ ਹੈ, ਅੱਜ ਅਸੀਂ ਬਿਹਾਰ ਦੇ ਪਟਨਾ ਸਾਹਿਬ ਦੇ ਵਿੱਚ, ਹਾਂਜੀ, ਪਟਨਾ ਸਾਹਿਬ ਦੇ ਵਿੱਚ ਰਾਣੀ ਮਾਈ ਦਾ ਮਹਿਲ ਦੇਖ ਰਹੇ ਹਾਂ, ਅੱਜ ਤੁਹਾਨੂੰ ਬਹੁਤ ਵੱਡੇ ਸ਼ਾਨਦਾਰ ਮਹਿਲ ਦੇਖ ਰਹੇ, ਪਰ ਸਾਨੂੰ ਉਹ ਇੱਟਾਂ ਦੇ ਮਹਿਲ ਬਣੇ ਹੋਏ ਵੇਖੇ 2007-08 ਦੇ ਵਿੱਚ, ਠੀਕ ਹੈ ਜੀ। ਉਹਨਾਂ ਨੇ ਵੀ ਅਸੀਂ ਮੂਵੀਆਂ ਬਣਾਈਆਂ ਸੀ, ਠੀਕ ਹੈ, ਉਦੋਂ ਆਹ ਜਿਹੜਾ ਸਾਰਾ ਦਰਖਤ ਦਰੁਖ ਜਿਹੜਾ ਹੈਗਾ ਤਾਂ ਉਹ ਸਾਰਾ ਬਾਹਰ ਹੁੰਦਾ ਸੀਗਾ, ਵਰਗਨ ਜਿਹੜੀ ਆ ਟੁੱਟੀ ਫੁੱਟੀ ਹੁੰਦੀ ਸੀ ਤੇ ਉਹਦੇ ਵਿੱਚ ਰਸਤਾ ਹੁੰਦਾ ਸੀ ਪਰਾਂ ਨੂੰ ਅੰਦਰ ਨੂੰ ਜਾਣ ਨੂੰ। ਸੋ ਅੱਜ ਦਾ ਕੀ ਹਾਲਤ ਹੈ? ਅੱਜ ਬੜੀ ਨਵੀਨ ਹੋਣੀ ਹੈ, ਅੱਜ ਤਾਂ ਰੈਸਟੋਰੈਂਟ ਬਣਿਆ ਹੋਇਆ, ਠੀਕ ਹੈ ਜੀ। ਅਸੀਂ ਉਹ ਪੁਰਾਣੀ ਹਾਲਤ ਵੀ ਦੇਖਿਆ, ਉਹ ਵੀ ਅਸੀਂ ਰਿਕਾਰਡਿੰਗ ਕੀਤੀ ਹੋਈ ਹੈ, ਠੀਕ ਹੈ, ਉਹ ਵੀ ਸਾਡੇ ਕੋਲ ਹੈ, ਠੀਕ ਹੈ ਜੀ। ਅੱਜ ਤੁਹਾਨੂੰ ਰਾਣੀ ਦਾ ਮਹਿਲ ਨਹੀਂ ਉੱਥੇ ਦਿਸਣਾ, ਠੀਕ ਹੈ ਜੀ, ਲੇਕਿਨ ਅਸੀਂ ਉਹ ਰਾਣੀ ਦਾ ਮਹਿਲ ਦੀ ਹੀ ਫੋਟੋ ਬਣਾਈ ਵੀ ਹੈ, ਠੀਕ ਹੈ ਜੀ। ਸੋ ਉਹ ਪੁਰਾਣਾ ਇੱਕ ਦਰਵਾਜ਼ਾ ਹੁੰਦਾ ਸੀ, ਕਾਲੇ ਰੰਗ ਦਾ ਬਹੁਤ ਵੱਡਾ ਦਰਵਾਜ਼ਾ ਸੀ, ਜਿਹੜਾ ਪੁਰਾਣਾ ਦਰਵਾਜ਼ਾ ਸੀ ਅੱਜ ਤੋਂ ਕੋਈ 150-200 ਸਾਲ ਪਹਿਲਾਂ, ਉਹ ਅਸੀਂ ਇਹਨਾਂ ਨੂੰ ਕਿਹਾ ਵੀ ਨਾ ਤਾਂ ਪੁਰਾਣੀ ਗਲੀ ਦਸ਼ਮੇਸ਼ ਗਲੀ ਹੈ,
ਉਹਨੂੰ ਬੰਦ ਕਰੋ ਨਾ, ਉਹ ਦਰਵਾਜ਼ਾ ਪੱਟੋ। ਪਰ ਇਹਨਾਂ ਕਾਰਸੇ ਵਾਲਿਆਂ ਨੇ ਸਾਰਾ ਕੁਛ ਹੀ ਪੜਤਾ। ਪੁਰਾਣੀ ਜਿੱਥੋਂ ਦੀ ਦਸ਼ਮੇਸ਼ ਪਿਤਾ ਜਾਂਦੇ ਹੁੰਦੇ ਸੀ ਰਾਣੀ ਮਹਿਲੀ ਦੇ, ਰਾਣੀ ਮੈਣੀ ਦੇ ਬਾਗ ਚ, ਉਹ ਤਾਂ ਖਤਮ ਹੋ ਗਈ। ਉਹ ਤਾਂ ਬਾਹਰ ਦੀ ਉੱਤੋਂ ਦੀ ਬਣਾਤਾ ਦਰਵਾਜ਼ਾ, ਵੱਡਾ ਦਰਵਾਜ਼ਾ। ਅਸੀਂ ਕਿਹਾ ਇਹ ਵੀ ਬਣਾ ਲਓ, ਪਰ ਉਹ ਨਾ ਬੰਦ ਕਰਿਓ। ਠੀਕ ਹੈ, ਉਹਨਾਂ ਨੇ ਬੰਦ ਕਰਤਾ। ਕੀ ਕਰੀਏ ਅਸੀਂ ਕਾਰਸੇ ਵਾਲਿਆਂ ਨੇ, ਸਾਡਾ ਇਤਿਹਾਸ ਦਾ ਬੇੜਾ ਗਰਕ ਕਰੀ ਜਾਂਦੇ ਆ। ਠੀਕ ਹੈ ਜੀ, ਜਿਸੇ ਅਸੀਂ ਕਹਿੰਦੇ ਵੀ ਉੱਥੇ ਬਣਾ ਲਓ, ਉੱਥੇ ਨਹੀਂ ਜੀ, ਉੱਥੇ ਨਹੀਂ। ਹਾਂ, ਇਹ ਚੀਜ਼ਾਂ ਮੈਂ ਵੀ 2-3 ਸਥਾਨਾਂ 'ਤੇ ਕਹਿ ਕੇ ਦੇਖਿਆ ਵੀ, ਮਤਲਬ ਜੋ ਬਿਹਾਰ ਦੇ ਵਿੱਚ ਜਿੱਥੇ ਸਥਾਨ ਅਲੋਹ ਪਏ ਆ ਜੀ, ਵੀ ਤੁਸੀਂ ਬਣਾਓ, ਉਹ ਜੋ ਕੋਸ਼ਿਸ਼ ਨਹੀਂ ਕਰ ਰਹੇ ਉਹਦੇ ਵਾਸਤੇ ਤਾਂ ਕੁਛ ਵੀ ਨਹੀਂ ਹੋ ਰਿਹਾ। ਅਸੀਂ ਤਾਂ ਹੈਰਾਨ ਹਾਂ ਇਸ ਗੱਲ ਤੋਂ। ਹੁਣ ਮੈਂ ਤਾਂ ਸਿੱਧੀ ਜੀ ਗੱਲ ਉਹਨਾਂ ਨੂੰ ਕਿਹਾ ਸੀ ਸਿੰਘ ਸਾਹਿਬ ਨੂੰ, ਮੈਂ ਕਿਹਾ ਜਿਹੜਾ ਤੁਸੀਂ ਆਹ ਬਣਾ ਲਿਆ ਸੁਨਾਰ ਟੋਲੀ ਬਣਾ ਲਿਆ, ਕੋਈ ਇਤਿਹਾਸ ਨਹੀਂ ਇਹਦਾ, ਕੋਈ ਇੱਥੇ ਨਹੀਂ ਆਇਆ, ਕੋਈ ਮਰਾਰੀ ਨਹੀਂ ਸੀ, ਕੁਛ ਨਹੀਂ ਸੀ। ਇੱਕ ਮਾਈ ਨੇ 6 ਵਿਘੇ ਜ਼ਮੀਨ ਦੇ ਦਿੱਤੀ ਗੁਰਦੁਆਰੇ ਨੂੰ। ਠੀਕ ਹੈ ਜੀ, ਉਹਨਾਂ ਨੇ ਕਿਹਾ ਵੀ ਇਹ ਸੁਨਿਆਰਾਂ ਨੇ ਦਿੱਤੀ ਹੈ, ਇੱਥੇ ਸੁਨਿਆਰ ਟੋਲੀ, ਕਿਉਂਕਿ ਸੁਨਿਆਰਾਂ ਦਾ ਹੀ ਇਲਾਕਾ ਉਹ। ਠੀਕ ਹੈ, ਮਹੱਲਾ ਸੁਨਿਆਰਾਂ ਦਾ, ਉਹ ਸੁਨਿਆਰ ਟੋਲੀ ਗੁਰਦੁਆਰਾ ਬਣਾਤਾ, ਬਾਬਾ ਹਰਿਮੰਦਰ ਦਿੱਲੀ ਵਾਲਿਆਂ ਨੇ ਬਣਾਇਆ। ਠੀਕ ਹੈ, ਭਲਿਓ ਮਾਨਸੋ ਕਿ ਉੱਥੇ ਇਤਿਹਾਸ ਤਾਂ ਵੇਖੋ, ਇਤਿਹਾਸ ਕੋਈ ਨਹੀਂ। ਜਦੋਂ ਅਸੀਂ ਕਿਸੇ ਨੂੰ ਕਿਹਾ ਵੀ ਬਾਬਾ ਤੁਸੀਂ ਗਲਤ ਇਤਿਹਾਸ ਸੁਣਾ ਜਾਂਦੇ, ਉਹ ਕਹਿੰਦੇ ਤੈਨੂੰ ਪਤਾ ਕਿੱਥੇ ਆਇਆ ਤੂੰ, ਮਗਧ ਦੇ ਵਿੱਚ ਆਇਆ, ਦੱਬ ਦਿਆਂਗੇ ਇੱਥੇ। ਠੀਕ ਹੈ ਜੀ, ਆਹ ਕੁਛ ਸਾਨੂੰ ਬੋਲੇ ਉੱਥੇ। ਠੀਕ ਹੈ ਜੀ, ਕੀ ਕਰੀਏ ਅਸੀਂ? ਠੀਕ ਹੈ, ਸਹੀ ਹਾਂ, ਅਸੀਂ ਚੁੱਪ ਕਰ ਜਾਂਦੇ, ਲੇਕਿਨ ਅਸੀਂ ਕਹਾਂਗੇ ਲਿਖਾਂਗੇ ਜ਼ਰੂਰ ਅਸੀਂ। ਠੀਕ ਹੈ ਜੀ, ਅਸੀਂ ਲਿਖਿਆ ਇਹ। ਠੀਕ ਹੈ ਜੀ, ਚਲੋ, ਪੰਥ ਨੂੰ ਇੰਤਜ਼ਾਰ ਰਹੂਗਾ ਬਾਬਾ ਜੀ ਜਦੋਂ ਇਹ ਕਿਸ ਨੂੰ ਕਲਮਬੰਦ ਕਰਨਗੇ, ਜਿਹੜੇ ਪੱਕੇ ਸਰੋਤਾਂ ਦੇ ਤੌਰ 'ਤੇ, ਅਤੇ ਇਹ ਚੀਜ਼ਾਂ ਮਾਰਗ ਦੇ ਵਿੱਚ ਇਹੋ ਜਿਹੇ ਚੜ੍ਹਦੀ ਕਲਾ ਵਾਲੇ ਸਿੰਘ ਮਿਲ ਜਾਂਦੇ ਜੀ, ਅਤੇ ਅੱਗੇ ਵੀ ਆਪਾਂ ਨੂੰ ਮਿਲਦੇ ਰਹੇ, ਤੁਹਾਨੂੰ ਮਿਲਾਉਂਦੇ ਰਹੇ ਹੈ, ਅਤੇ ਅੱਗੇ ਆਪਾਂ ਚੱਲਦੇ ਹਾਂ ਜਿੱਥੋਂ ਤੱਕ ਹੋਇਆ, ਅਤੇ ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ ਜੀ। ਹਾਂਜੀ, ਇਸ ਟਾਈਮ ਫਿਰ ਜਾ ਰਹੇ ਜੀ ਮੋਧੂ ਵਾਲੀ ਢਾਣੀ। ਬਾਪੂ ਜੀ ਕਹਿੰਦੇ ਜੀ ਹੁਣ ਦੇਖਦੇ ਹਾਂ ਸਾਨੂੰ ਕਿਲੇ ਨੂੰ ਵੱਜ ਗਏ 2, ਵੀ ਅੱਗੇ ਤੋਂ ਹੁਣ ਕਿੱਥੇ ਪਹੁੰਚੇਗਾ, ਅਤੇ ਅੱਜ ਦੀ ਰਾਤ ਫਿਰ ਤੂੰ ਸਾਡੇ ਕੋਲ ਰੁਕ। ਅਤੇ ਬਾਪੂ ਜੀ ਅੱਗੇ ਚਲੇ ਗਏ ਮੋਟਰਸਾਈਕਲ ਲੈ ਕੇ, ਅਤੇ ਹੁਣ ਪਿੱਛੇ ਪਿੱਛੇ ਆਪਾਂ ਜਾ ਰਹੇ ਹਾਂ। ਅੱਜ ਫਿਰ ਬਾਪੂ ਜੀ ਕੋਲ ਗੱਲਾਂ ਬਾਤਾਂ ਕਰਾਂਗੇ, ਮੋਧੂ ਵਾਲੀ ਢਾਣੀ ਦੇ ਵਿੱਚ ਫਿਰ ਰੁਕਾਂਗੇ ਰਾਜਸਥਾਨ ਦੇ ਵਿੱਚ। ਅਤੇ ਇਹ ਹੈ ਜੀ ਮੌਕੇ ਦੀਆਂ ਕਹਾਣੀਆਂ ਗੱਲਾਂ ਬਾਤਾਂ, ਅਸਲ ਵਾਲੀ ਦੇਖ ਸਕਦੇ ਹੋ ਜੀ। ਰਾਜਸਥਾਨ ਦੇ ਵਿੱਚ ਪਾਣੀ ਲਾਉਣ ਦਾ ਸਿਸਟਮ ਆ ਡੱਗੀਆਂ ਜੀ, ਜ਼ਿਆਦਾਤਰ ਇੱਥੇ ਤੱਕ ਤਾਂ ਹਜੇ ਤੱਕ ਨੌਰ ਤੱਕ ਤਾਂ ਜਿਹੜਾ ਏਰੀਆ ਫਿਰਦਾ ਇਹ, ਅਤੇ ਇੱਥੇ ਤਾਂ ਹਜੇ ਨਹਿਰ ਨੂਰ ਵਗੈਰਾ ਆਉਂਦੀ ਹੈ, ਮਾਧੋ ਸਿੰਘਾਣੇ ਤੋਂ ਆਉਂਦੀ ਹੈ। ਇੱਥੇ ਇਹ ਨਹਿਰ ਦਾ ਪਾਣੀ ਕੁਛ ਮਿਕਸ ਕਰਕੇ ਡਿੱਗੀ ਦੇ ਵਿੱਚ, ਔਰ ਮੋਟਰ ਦਾ ਪਾਣੀ ਥੋੜ੍ਹਾ ਖਾਰਾ ਉਹਦੇ ਨਾਲ ਮਿਕਸ ਕਰਕੇ ਲਾਉਂਦੇ ਆ ਜੀ। ਤੁਸੀਂ ਦੇਖ ਸਕਦੇ ਹੋ ਨੇੜੇ ਨੇੜੇ ਕਿੰਨੀਆਂ ਡੱਗੀਆਂ ਬਣੀਆਂ ਹੋਈਆਂ, ਇੱਕ ਆਹ ਆ ਗਈ 2-3 ਅਤੇ ਕਿਉਂ 4, ਅਤੇ ਇਹ ਕਹਿੰਦੇ ਜੀ 100x100 ਦੀ ਡੱਗੀ ਹੋਵੇ, ਕਹਿੰਦੇ ਵੀ 15 ਕਿੱਲੇ ਪਾਣੀ ਇਹ ਖੁੱਲ੍ਹਾ ਭਰ ਜਾਂਦਾ ਹੈ। ਮਤਲਬ ਵੀ ਆਪਾਂ ਜਿਵੇਂ ਫਲੱਡ ਸਿਸਟਮ ਨਾਲ ਆਪਾਂ ਪਿੰਡਾਂ 'ਚ ਲਾਉਂਦੇ ਹਾਂ, 100x100 ਤਾਂ ਜਿਹੜਾ ਤਾਂ ਇਹ 20 ਕਿੱਲੇ ਉਹਦੇ ਨਾਲ ਲਾ ਦਿੰਦੇ ਆ ਜੀ, ਅਤੇ ਇਹਨਾਂ ਬਿੱਘੇ 30 ਬਣ ਜਾਂਦੇ ਆ। ਅਤੇ ਇਸ ਤਰ੍ਹਾਂ ਨਾਲ ਪਾਣੀ ਦਾ ਸਿਸਟਮ ਹੈ ਜੀ ਇਹ। ਅਤੇ ਸਾਹਮਣੇ ਆਪਣੀ ਆ ਗਈ ਢਾਣੀ, ਅਤੇ ਉੱਥੇ ਰੁਕਾਂਗੇ ਆਪਾਂ, ਕੱਲ੍ਹ ਵੀ ਉੱਥੇ ਸੀਗੇ, ਚੱਲਦੇ ਹਾਂ ਆਪਾਂ ਢਾਣੀ 'ਚ ਜੀ।